ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਹੈ ਤੁਹਾਡੇ ਸਭ ਦੇ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਘੈਂਟ ਹੋਵੋਗੇ ਤੇ ਲੋ ਜੀ ਅੱਜ ਦੇ ਵਲੌਗ ਦੀ ਸ਼ੁਰੂਆਤ ਜਿਹੜੀ ਆ ਮੈਂ ਫੇਰ ਦੁਆਰਾ ਮਾਰਨਿੰਗ ਤੋਂ ਕੰਨ ਜਾ ਰਹੀਆਂ ਟਾਈਮ ਜਿਹੜਾ ਅ 11:30 ਵੀ ਨਹੀਂ ਹੋਏ 11:11 ਵੀ ਨਹੀਂ ਹੋਏ ਵਿੱਚ ਵਿਚਾਲੇ ਇੱਕ ਜੇ ਹੀ ਆ ਤੇ ਬੱਤੀ ਜਿਹੜੀ ਆ ਚਲੇ ਗਈ ਆ ਤੇ ਮੈਂ ਆਪਣੇ ਹਸਬੰਡ ਨੂੰ ਕਿਹਾ ਚੈੱਕ ਕਰੋ ਤੇ ਬੱਤੀ ਜਿਹੜੀ ਆ ਉਹ ਕਹਿੰਦੇ ਆ ਕਿ ਸਵਾ 12 ਕੇ ਪਾਉਣੇ ਕਾਣੀਆਂ ਪੂਰੇ ਹੁਸ਼ਿਆਰਪੁਰ ਦੀ ਬੱਤੀ ਦਾ ਕੱਟਿਆ ਅੱਜ ਅੱਜ ਮੈਂ ਤੁਹਾਨੂੰ ਦਿਨ ਦਾ ਅਸਧਮਾ ਦਿਨ ਹੈਗਾ ਅੱਜ ਵੀਰਵਾਰ ਤੇ ਤਰੀਕ 28 ਅਪ੍ਰੈਲ ਆ ਸ਼ਾਇਦ ਬਾਕੀ ਪਤਾ ਨਹੀਂ ਤੇ ਮੈਂ ਜਿੰਨੇ ਕ ਮਤਲਬ ਕਪੜਿਆਂ ਦੀ ਕਟਿੰਗ ਰਾਤੀ ਕੀਤੀ ਸੀ ਉਹ ਸੋਚੇ ਸੀ ਕਿ ਅੱਜ ਸੀ ਲੈਣੀ ਕਿਉਂਕਿ ਪਰਸੋਂ ਕਟਿੰਗ ਕੀਤੀ ਸੀ ਤੇ ਕੱਲ 4 ਵਜੇ ਤੱਕ ਮੈਂ ਸੀ ਕੇ ਫ੍ਰੀ ਹੋ ਗਈ ਸੀ ਤੇ 4 ਵਜੇ ਤੋਂ ਬਾਅਦ ਫਿਰ ਮੈਂ ਕਟਿੰਗਾ ਕਰਨ ਲੱਪੀ ਸੀ ਲੇਕਿਨ ਅੱਜ ਕੀ ਹੋਇਆ ਆ ਕਿ ਕੱਲ ਜਿਹੜੀਆਂ ਕਟਿੰਗਾ ਕੀਤੀਆਂ ਸੀ ਉਹ ਜਿਹੜੀਆਂ ਜਾਇਆਂ ਗਈਆਂ ਬੱਤੀ ਚਲੇ ਗਈ ਆ ਤੇ ਕੰਮ ਹੁਣ ਮੇਰਾ ਬਹੁਤ ਪੈਂਡਿੰਗ ਪਿਆ ਆ ਤੇ ਹੁਣ ਮੈਂ ਕੀ ਕਰਨਾ ਹੈ ਕਿ ਜਿਹੜੇ ਕੱਪੜੇ ਮਤਲਬ ਮੈਂ ਅ ਰੱਖੇ ਹੋਏ ਸੀਗੇ ਅੱਜ ਸ਼ਾਮ ਨੂੰ ਕਟਿੰਗ ਕਰਨ ਨੂੰ ਉਹ ਥੋੜੇ ਜੇ ਕਟਿੰਗ ਕਰ ਲਏ ਆ ਪਰ ਤੁਸੀਂ ਦੇਖ ਸਕਦੇ ਹੋ ਕਿ ਲਾਈਨਿੰਗ ਆ ਮੈਂ ਧੋ ਕੇ ਜਿਹੜੀਆਂ ਸੁਕੜੀਆਂ ਪਾਈਆਂ ਹੋਈਆਂ ਆ ਰਾਤੀ ਇਹਨਾਂ ਨੂੰ ਡੋਬ ਗਈ ਸੀ ਪੂਰੀ ਰਾਤ ਡੁੱਬੀਆਂ ਰਹੀਆਂ ਆ ਸਵੇਰੇ ਜਿਹੜਾ ਇਹਨਾਂ ਨੂੰ ਸੁਕਣਾ ਪਾਇਆ ਆ ਤੇ ਇਹ ਸਵੇਰੇ ਸੁਕਣਾ ਪਾਉਣ ਨਾਲ ਕੀ ਹੋਇਆ ਕਿ ਛੁੱਕਦਾ ਇਹ ਜਲਦੀ ਗਈਆਂ ਪਰ ਬਿਨਾ ਪ੍ਰੈਸ ਕੀਤੇ ਹੋਏ ਕੱਟੀਆਂ ਨਹੀਂ ਜਾਣੀਆਂ ਗਰਮੀ ਬਹੁਤ ਜ਼ਿਆਦਾ ਲੱਗਦੀ ਪਈ ਆ ਤੇ ਉਹ ਪੱਖਾ ਦਾ ਫੋਲੇ ਤੇ ਵੀ ਨਹੀਂ ਚਲਾ ਸਕਦੀ ਕਿਉਂਕਿ ਜੇ ਫੋਲ ਤੇ ਚਲਾਉਣੀ ਆ ਕਪੜੇ ਉੜਦੇ ਆ ਤੇ ਜੇ ਲੋਹ ਤੇ ਚਲਾਉਣੀ ਆ ਤਾਂ ਗਰਮੀ ਲਾਦੀ ਆ ਤੇ ਇੱਥੇ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਕਿ ਮੈਂ ਕਟਿੰਗ ਜਿਹੜੇ ਜਾਫੇ ਵਗੈਰਾ ਕਟਿੰਗ ਕਰ ਲਈ ਆ ਪਰ ਸ਼ਰਟ ਜਿਹੜੀ ਆ ਸੈਮੀ ਸਟਿਚ ਹੁੰਦੀ ਆ ਇਹਨਾਂ ਦੀਆਂ ਸੀਨਾ ਵਗੈਰਾ ਉਧੇੜ ਕੇ ਤੇ ਇਹ ਜਿਹੜੀਆਂ ਆ ਪ੍ਰੈਸ ਕਰਕੇ ਹੀ ਕਟਿੰਗ ਹੋਣੀ ਆ ਸੋ ਇਹਨਾਂ ਨੂੰ ਮੈਂ ਕਟਿੰਗ ਨਹੀਂ ਕਰ ਸਕਦੀ ਤੇ ਅੱਜ ਦੀ ਤੁਹਾਨੂੰ ਮੈਂ ਆਪਣੇ ਜਿਹੜੇ ਆ ਦ ਲੋਕ ਦਿਖਾਨੀ ਆ ਅੱਜ ਮੈਂ orange with magenta ਜਿਹੜਾ suit ਪਾਇਆ ਆ ਇਹ ਕੰਬੀਨੇਸ਼ਨ ਮੇਰਾ ਬਹੁਤ ਜ਼ਿਆਦਾ ਫੇਵਰਿਟ ਆ ਪਰ ਕੀ ਹੋਇਆ ਆ ਕਿ ਨਾ ਵਿਆਹ ਦੇ ਬਾਅਦ ਮੈਂ ਆਪਣੀ ਨਾ ਮੇਰੇ ਕੋਲ ਜੇ ਕੋਈ ਪਿਕ ਹੋਊਗੀ ਤਾਂ ਲਗਾ ਦੂੰਗੀ ਮੇਰਾ ਉਹ suit ਸੀਗਾ ਉਸ ਤੋਂ ਬਾਅਦ ਮੈਨੂੰ ਕੋਈ suit ਨਹੀਂ ਮਿਲਿਆ ਇਹ ਵਾਲਾ suit ਮਿਲਿਆ ਪਰ ਸਿੰਪਲ ਜਿਹੜੇ ਆ ਕੈਟਲੌਗ ਦੇ suit ਹੁੰਦੇ ਹੋਣਾ ਵਿੱਚ ਮਿਲਿਆ ਸੀ ਪਰ ਜਿਹੜਾ ਮੈਨੂੰ ਪ੍ਰੋਪਰ ਜਿੱਦਾਂ ਵਜਾਇਦਾ ਸੀ ਉਦਾਂ ਦਾ ਨਹੀਂ ਮਿਲਿਆ ਫਿਰ ਮੈਂ ਕੋਸ਼ਿਸ਼ ਕਰ ਰਹੀ ਆ ਦੇਖਦੀ ਆ ਮਿਲਦਾ ਕਿ ਨਹੀਂ ਮਿਲਦਾ ਕਿਉਂਕਿ ਮੈਂ ਸੋਚਿਆ ਹੁਣ ਕੱਪੜੇ ਜਦੋਂ ਖਰੀਦਣੇ ਆ ਕੋਈ ਫੰਕਸ਼ਨ ਵਗੈਰਾ ਤੇ ਖਰੀਦਣੇ ਆ ਇਦਾਂ ਹੀ ਕੱਪੜੇ ਜਦੋਂ ਲੈ ਲੈ ਕੇ ਰੱਖਦੇ ਰਹੋ ਪਾਉ ਹੁੰਦੇ ਨਹੀਂ ਹੈਗੇ ਤੇ ਫੇਰ ਜਿਹੜੇ ਆ ਫਾਇਦਾ ਕੋਈ ਨਹੀਂ ਉਹਨਾਂ ਨੂੰ ਲੈਣ ਦਾ ਕਿਉਂਕਿ ਗਰਮੀਆਂ ਦੇ ਵਿੱਚ ਜਿਹੜੇ ਬਿਲਕੁਲ ਸਿੰਪਲ ਕਾਟਨ ਦੇ ਸੂਟ ਪੈਂਦੇ ਆ ਸਰਦੀਆਂ ਵਿੱਚ ਸੂਟ ਬਹੁਤ ਘੱਟ ਪੈਂਦੇ ਆ ਕਿਉਂਕਿ ਜਿਹੜੇ ਕੁੜਤੇ ਹੁੰਦੇ ਰੈਡੀमेड ਮੋਟੇ ਵਾਲੇ ਹਨਾ ਵੂਲਨ ਦੇ ਉਹੀ ਜ਼ਿਆਦਾ ਪੈਂਦੇ ਆ ਜਾਂ ਫੇਰ ਜਿਹੜੇ ਮੈਂ ਜ਼ਿਆਦਾ ਜਿਹੜੇ ਆ ਟਰੈਕ ਸੂਟ ਹੀ ਪਾਉਣੀ ਆ ਤੇ ਹੁਣ ਮੈਂ ਸੋਚਿਆ ਸੀ ਵੀਡੀਓ ਸ਼ੁਰੂ ਕਰ ਲਾਂ ਤੇ ਹੁਣ ਜਿਹੜੀ ਆ ਬੱਤੀ ਦੀ ਵੇਟ ਕਰਦੀ ਆ ਕਿ ਕਿਸ ਲੋਨ ਦੀ ਆ ਡਾਟਾ ਪੈਕ ਮੇਰਾ ਹੈਗਾ ਤੇ ਉਸੇ ਡਾਟਾ ਪੈਕ ਦੇ ਜਿਹੜੀ ਮੈਂ ਕੱਲ ਵੀਡੀਓ ਸ਼ੂਟ ਕੀਤੀ ਸੀ ਉਹਨੂੰ ਜਿਹੜਾ ਐਕਸਪੋਰਟ ਕਰੂੰਗੀ ਐਡਿਟ ਕਰੂੰਗੀ ਮਤਲਬ ਤੇ ਫੇਰ ਮੈਂ ਜਿਹੜੀ ਆ ਛਾੜਦੀ ਆ ਅੱਜ ਤੇ ਫੇਰ ਦੇਖਦੇ ਆ ਤੁਹਾਨੂੰ ਕੀ ਦਿਖਾਉਨੇ ਆ ਤੇ ਜਿਹੜਾ ਆ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਜਿਹੜੇ ਆ ਦੋ ਤਿੰਨ ਸ਼ੂਟ ਹੋਰ ਲਏ ਆ ਪਰ ਉਹ ਜਿਹੜੇ ਆ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕੀਤੇ ਹੈਗੇ ਸੋ ਅੱਜ ਸ਼ਾਮ ਨੂੰ ਜਿਹੜਾ ਆ ਮੈਂ ਸ਼ੇਅਰ ਕਰਨੂੰਗੀ ਜਾਤੇ ਜਾ ਕੇ ਇੱਕ ਉਹਨਾਂ ਵਿੱਚੋਂ ਮੈਂ ਸਟਿਚ ਕਰ ਲਿਆ ਆ ਤੇ ਦੋ ਜਿਹੜੇ ਆ ਉਹ ਸਟਿਚ ਕਰਨੇ ਵਾਲੇ ਹਜੇ ਪਏ ਆ ਉਹ ਮੈਂ ਸੋਚਿਆ ਕਿ ਮੇਰੇ ਜਿਹੜੇ ਆ ਵਿਆਹ ਦੇ ਕੱਪੜੇ ਆ ਜਿਹੜੇ ਮੈਂ ਦੇਣ ਵਾਲੇ ਆ ਉਹ ਦੇ ਦੇਵਾਂ ਆਪਣੀ ਸਹੇਲੀ ਦਾ ਜਿਹੜਾ ਵਿਆਹ ਚੰਗੀ ਤਰ੍ਹਾਂ ਖਾ ਲਵਾਂ ਤੇ ਟੈਨਸ਼ਨ ਫਰੀ ਜੀ ਹੋ ਕੇ ਫਿਰ ਆਪਣੇ ਸਿਉਂਗੀ ਤੇ ਜਿਹੜੀ ਡਿਜ਼ਾਈਨਿੰਗ ਵਗੈਰਾ ਆ ਉਹ ਦੇਖੂੰਗੀ ਕੋਈ ਨਵਾਂ ਮਤਲਬ ਮੈਨੂੰ ਇਦਾਂ ਹੁੰਦਾ ਕਿ ਜਿੱਦਾਂ ਮੈਂ ਵੀਡੀਓ ਸ਼ੂਟ ਕਰਨੀ ਹੁੰਦੀ ਆ ਡਿਜ਼ਾਈਨਿੰਗ ਦੀ ਸੋ ਮੈਂ ਆਪਣੇ ਸੂਟਾਂ ਦੇ ਜਿਆਦਾਤਰ ਸ਼ੂਟ ਕਰਦੀ ਆ ਕਿਉਂਕਿ ਕਸਟਮਰ ਜਿਹੜੇ ਆ ਕਦੀ ਕਦੀ ਕਹਿੰਦੇ ਹੁੰਦੇ ਆ ਕਿ ਸਾਡੇ ਸੂਟਾਂ ਦੇ ਡਿਜ਼ਾਈਨ ਪਾਓ ਨਹੀਂ ਤਾਂ ਆਲਮੋਸਟ ਆਲਮੋਸਟ ਸਾਰੇ ਜਿਹੜੇ ਆ ਸਿੰਪਲ ਸੂਟ ਹੀ ਸਿਲਵਾਉਂਦੇ ਆ ਤੇ ਹੁਣ ਮੈਂ ਜਿਹੜਾ ਆ ਲੱਗੀਆਂ ਕੰਨ ਸੌਰੀ ਮੈਨੂੰ ਜਿੱਤੇ ਹੀ ਭੁੱਲ ਗਿਆ ਹਾਂ ਮੈਂ ਕਹਿੰਦੀ ਸੀ ਕਿ ਜਿਹੜੇ ਮੈਂ ਡਿਜ਼ਾਈਨਿੰਗ ਵਗੈਰਾ ਕਰੂੰਗੀ ਫਿਰ ਉਹ ਤਾਂ ਮੈਂ ਦੂਸਰੀ ਆਪਣਾ ਚੈਨਲ ਜਿਹੜਾ ਹੈਗਾ ਆ ਉਹਦੇ ਉੱਪਰ ਸ਼ੇਅਰ ਕਰਦੀ ਹੁੰਨੀ ਆ ਕਿਉਂਕਿ ਫੇਰ ਮਤਲਬ ਜਦੋਂ ਸਟੀਚਿੰਗ ਅਸੀਂ ਸਿਖਾਉਣੀ ਹੁੰਦੀ ਹੈ ਕੋਈ ਨਵੇਂ ਨਵੇਂ ਡਿਜ਼ਾਈਨ ਜਿਹਦਾ ਲੇਟੈਸਟ ਟ੍ਰੈਂਡ ਜਿਹੜਾ ਚੱਲਦਾ ਆ ਉਹੀ ਜਿਹੜੇ ਆ ਦਿਖਾਉਣੇ ਹੁੰਦੇ ਆ ਤੇ ਚਲੋ ਜੀ ਬਹੁਤ ਜ਼ਿਆਦਾ ਮੈਂ ਬੋਲ ਲਿਆ ਤੇ ਹੁਣ ਮੈਂ ਲੱਗਦੀ ਆ ਕੰਮ ਤੇ ਤੇ ਤੁਹਾਨੂੰ ਫੇਰ ਮੈਂ ਮਿਲਦੀ ਆ ਥੋੜੇ ਟਾਈਮ ਬਾਅਦ ਜਾਂ ਫੇਰ ਆਪਣਾ ਜਿਹੜਾ ਈਵਨਿੰਗ ਰੁਟੀਨ ਆ ਤੁਹਾਡੇ ਨਾਲ ਅੱਜ ਕਰਾਂਗੇ ਉਹ ਸ਼ੇਅਰ ਕਿ ਕਿੱਦਾਂ ਮੈਂ ਇਥੋਂ ਜਿਹੜਾ ਛੱਤ ਤੇ ਜਾਂਦੀ ਆ ਤੇ ਉਸ ਤੋਂ ਬਾਅਦ ਕੀ ਕੀ ਕਰਦੀ ਆ ਮੇਬੀ ਮੈਂ ਈਵਨਿੰਗ ਰੁਟੀਨ ਸਰਦੀਆਂ ਦੇ ਵਿੱਚ ਸ਼ੇਅਰ ਕੀਤਾ ਸੀ ਲੇਕਿਨ ਅੱਜ ਜਿਹੜਾ ਗਰਮੀ ਵਾਲਾ ਸ਼ੇਅਰ ਕਰਾਂਗੇ ਕਿ ਗਰਮੀ ਨਾ ਜਿਹੜੀ ਹਾਲਤ ਖਰਾਬ ਹੁੰਦੀ ਆ ਤੇ ਆਪਣੇ ਘਰ ਦੇ ਕਮਰ ਨੂੰ ਮੈਂ ਬੁਟੀਕ ਦੇ ਨਾਲ ਨਾਲ ਕਿਦਾਂ ਸੰਭਾਲਦੀ ਆ ਤੇ ਤੁਸੀਂ ਮੈਨੂੰ ਇਹ ਵੀ ਦੱਸਿਓ ਕਿ ਤੁਹਾਨੂੰ ਮੇਰੀ ਜਿਹੜੀ ਆ ਪੰਜਾਬੀ ਵਲੋਗਿੰਗ ਵਧੀਆ ਲੱਗਦੀ ਆ ਜਾਂ ਹਿੰਦੀ ਚ ਫਿਰ ਮੈਂ ਉਸੇ ਹਿਸਾਬ ਨਾਲ ਜਿਹੜੀ ਆ ਬਣਾਉਂਗੀ ਤੇਜੀ ਦੇਖੋ ਸ਼ਾਮ ਦੇ ਜਿਹੜੇ ਆ 6 ਵਜਣ ਵਾਲੇ ਆ 6 ਵਜਣ ਨੂੰ 5 ਮਿੰਟ ਪਹਿੇ ਆ ਤੇ ਇੱਕ ਪਲਾਜ਼ੋ ਸੀਂਤਾ ਆ ਆ ਫਰੌਕ ਸੀਂਤੀ ਆ ਇੱਕ ਸੂਟ ਹੋਰ ਸੀਂਤਾ ਆ ਤੇ ਕੁਛ ਆ ਕੱਪੜੇ ਮਤਲਬ ਸੀਂਤੇ ਵਗੈਰਾ ਆ ਤੇ ਲਾਈਟ ਜਿਹੜੀ ਆ ਸਾਰਾ ਦੇਣੀ ਨਹੀਂ ਸੀਗੀ ਅੱਜ ਕਿਉਂਕਿ ਪਹਿਲਾਂ ਤਾਂ ਗਈ ਸੀ ਦਾ ਬੋਣੇ 1 ਵਜੇ ਆਈ ਫਿਰ ਜਦੋਂ 1:30 ਵਜੇ ਦੁਬਾਰਾ ਚਲੀ ਗਈ ਆ ਲਾਈਟ ਫਿਰ 3:30 ਵਜੇ ਆਈ ਆ ਤੇ 3:30 ਤੋਂ ਹਾਲ ਫਿਲਾਲ ਹਜੇ ਤੱਕ ਹੈਗੀ ਆ ਵੀ ਬਾਬੂ ਇੱਥੇ ਨੀਜੇ ਲੰਮਾ ਪਿਆ ਹੋਇਆ ਆ ਕੁਛ ਮਤਲਬ ਸਵੇਰੇ ਤੁਹਾਨੂੰ ਮੈਂ ਦਿਖਾਇਆ ਸੀ ਤੇ ਹੁਣ ਦੇ ਹਾਲਾਤ ਦੇਖੋ ਕੁਛ ਇਦਾਂ ਦੇ ਹੋ ਗਏ ਬਸ 6 ਵਜਣ ਵਾਲੇ ਆ ਮੈਂ ਬੁਟੀਕ ਦੇ ਸ਼ਟਰ ਵੀ ਜਿਹੜਾ ਡਾਊਨ ਕਰ ਦੇਣਾ ਆ ਤੇ ਆ ਸਾਰਾ ਇੱਥੋਂ ਮਤਲਬ ਖਲਾਰਾ ਚੱਕ ਕੇ ਤੇ ਚ কুর্তা ਜਿਹੜਾ ਆ ਕੱਪੜੇ ਜਿਹੜੇ ਕੱਢੇ ਆ ਇਹਨਾਂ ਦੀ ਕਟਿੰਗ ਕਰਨੀ ਆ ਤੇ কুর্তা ਮੈਂ ਤੁਹਾਨੂੰ ਦਿਖਾਉਣੀ ਆ ਕਿ ਕਿਹੜਾ ਮੈਸੀਨਾ ਆ ਉਹ ਕੱਢ ਸਿਉਣ ਲਈ ਕੱਢਦੀ ਆ ਤੇ ਫੇਰ ਕਟਿੰਗ ਕਰਕੇ ਤੇ ਫੇਰ ਚੱਲਦੇ ਆ ਛੱਤ ਤੇ ਤੇ ਦੇਖੋ ਤੁਹਾਨੂੰ ਮੈਂ ਆ ਵਾਲਾ ਜਿਹੜਾ ਕੱਪੜਾ ਦਿਖਾਇਆ ਸੀ ਕਿ ਮੈਂ ਲੈ ਕੇ ਆਈ ਆ ਤੇ ਇਹ 3 ਮੀਟਰ ਮੈਂ ਲਈ ਆ ਸੀ ਤੇ ਇਹਦੀ ਮੈਂ ਹੁਣ ਫਰੌਕ ਕੱਟੂਗੀ ਇਹਦੀ ਫਰੌਕ ਕੱਟ ਕੇ ਰੱਖ ਜਾਨੀ ਆ ਕੱਲ ਨੂੰ ਸਟਿਚ ਕਰੂੰਗੀ ਤੇ ਚਲੋ ਪਹਿਲਾਂ ਮੈਂ ਕੱਟ ਲਵਾਂ ਤੇ ਚਲੋ ਪਹਿਲਾਂ ਮੈਂ ਕੱਟ ਲਮਾ ਫੇਰ ਛੱਤ ਤੇ ਜਾ ਕੇ ਤੁਹਾਨੂੰ ਮਿਲਦੀਆਂ ਸ਼ਟਰ ਸ਼ੂਟਰ ਡਾਊਨ ਕਰਕੇ ਮਤਲਬ ਸਾਰਾ ਇਹ ਤਾਂ ਖਲਾਰਾ ਜਾ ਕੇ ਫੇਰ ਤੁਹਾਨੂੰ ਇੱਥੇ ਵੀ ਦਿਖਾਉਣੀ ਆ ਤੇ ਛੱਤ ਤੇ ਲੈ ਕੇ ਜਾਂਦੀ ਆ ਤੇ ਲੋ ਜੀ ਕਟਿੰਗ ਮੈਂ ਕਰ ਲਈ ਆਪਣੀ ਫਰੌਗ ਦੀ ਤੇ ਹੁਣ ਤੁਹਾਨੂੰ ਮੈਂ ਦਿਖਾਵਾਂ ਇੱਥੇ ਬਾਬੂ ਸੁੱਤਾ ਆ ਤੇ ਮੈਨੂੰ ਕਰਦੀ ਕਰਦੀ ਕੰਮ ਨੂੰ ਜਿਹੜਾ 6:30 ਹੋ ਗਏ ਆ ਤੇ ਸ਼ਟਰ ਵੀ ਮੈਂ ਡਾਊਨ ਕਰ ਦਿੱਤਾ ਆ ਇਹ ਇਸ ਤਰ੍ਹਾਂ ਨਹੀਂ ਦਿਖਣਾ ਮੈਨੂੰ ਇਹ ਦਿਖਾਉਣੀ ਦੇਖੋ ਸ਼ਟਰ ਮੈਂ ਡਾਊਨ ਕਰ ਦਿੱਤਾ ਐ ਇੱਥੋਂ ਸਾਰਾ ਸਮਾਨ ਚੱਕ ਦਿੱਤਾ ਕਟਿੰਗ ਕਰਨੇ ਵਾਲੇ ਜਿਹੜੇ ਕਾਲੂ ਸਲਾਈ ਕਰਨੇ ਵਾਲੇ ਉਹ ਬੱਕਟ ਚ ਰੱਖ ਦਿੱਤੇ ਆ ਬਾਕੀ ਇੱਥੋਂ ਸਭ ਕੁਝ ਕਲੀਅਰ ਕਰ ਦਿੱਤਾ ਤੇ ਆ ਦੁਪੱਟਾ ਜਿਹੜੇ ਮੇਰੀ ਫਰੈਂਡ ਦਾ ਵਿਆਹ ਆ ਉਹਦਾ ਆ ਇੱਥੇ ਆਹ ਗੋਟਾ ਲਾਉਣਾ ਸੀ ਇਹ ਮੈਂ ਲਾ ਦਿੱਤਾ ਉਹਨੂੰ ਹੁਣ ਮੈਂ ਸ਼ਾਮ ਨੂੰ ਦੇਣ ਜਾਣਾ ਆ ਤੇ ਚਲੋ ਹੁਣ ਮੈਂ ਚਲਦੀ ਆ ਛੱਤ ਤੇ ਤੇ ਛੱਤ ਤੇ ਜਾ ਕੇ ਜਿਹੜਾ ਤੁਹਾਨੂੰ ਦਿਖਾਉਣੀ ਆ ਕਿ ਮੈਂ ਕੀ ਕੀ ਕੰਮ ਜਿਹੜਾ ਆ ਹੁਣ ਕੰਨ ਲੱਗੇ ਆ ਤੇ ਲੋ ਜੀ ਹੁਣ ਮੈਂ ਛੱਤ ਤੇ ਆ ਗਈ ਆ ਤੇ ਛੱਤ ਤੇ ਆ ਕੇ ਸਿੱਧਾ ਪਹਿਲਾ ਕੰਮ ਹੁੰਦਾ ਟਾਈਸਨ ਨੂੰ AC ਚ ਲਾ ਕੇ ਦੇਣ ਵਾਲਾ ਦੇਖੀ ਜਿਆ ਫਿਰਦਾ ਆ ਤੇ ਤੁਹਾਨੂੰ ਮੈਂ ਦਿਖਾਉਣੀ ਜਰਾ ਇਹਦਾ ਪਹਿਲਾਂ ਮੈਂ ਇਹਨੂੰ AC ਚ ਲਾ ਦਵਾ ਹੇ ਇਹ 24 ਡਿਗਰੀ ਤੇ ਕਰਕੇ ਜੀ ਟਰਬੋ ਔਨ ਕਰਦੀ ਐ ਤੇ ਆਹ ਦੇਖੋ ਜੀ ਇੱਧਰ ਮਾਲਕ ਸਾਹਿਬ ਕੀ ਜੇ ਫਿਰਦੇ ਨੇ ਬਾਬੂ ਚਲਾਤਾ ਐ AC ਚਲੋ ਉੱਪਰ ਉੱਪਰ ਬੈਠੋ ਉੱਪਰ ਬੈਠਦੇ ਹਾਂ AC ਚੱਲ ਗਿਆ ਠੀਕ ਆ ਆਓ ਆਉਂ ਨਹੀਂਦਾ ਹੀ ਆ ਮੈਨੂੰ ਪਤਾ ਤੈਨੂੰ ਏਸੀ ਲਾਤਾ ਆ ਦੇਖੋ ਜੀ ਏਸੀ ਦਿਖਾ ਰਿਆ ਏਸੀ ਚ ਲਾਤਾ ਠੀਕ ਆ ਸੌ ਜਾ ਬਰਫ ਦੀ ਨਹੀਂ ਆ ਤੈਨੂੰ ਠੀਕ ਬਹਿ ਜਾ ਇੱਥੇ ਤਾਂ ਆ ਬੰਦ ਕਰਨ ਲੱਗੀ ਦਰਵਾਜਾ ਅੱਛਾ ਫੇਰ ਹਵਾ ਨਹੀਂ ਬਾਹਰ ਨਿਕਲੂਗੀ ਉਹਦੇ ਉਹ ਚੱਲਦਾ ਪਿਆ ਹਾਂ ਚੈੱਕ ਕਰ ਲਓ ਇੱਕ ਵਾਰ ਤੇ ਲਓ ਜੀ ਪਹਿਲਾ ਕੰਮ ਸੀ ਇਹਨੂੰ ਬਿਠਾਉਂਦਾ ਏਸੀ ਚਲਾਉਂਦਾ ਤੇ ਹੁਣ ਮੈਂ ਦਰਵਾਜ਼ੇ ਵਗੈਰਾ ਲਗਾ ਲੂੰਗੀ ਇਹ ਜਿਹੜੇ ਦਰਵਾਜ਼ੇ ਨੇ ਮਤਲਬ ਇੱਕ ਜਾਲੀ ਵਾਲਾ ਦਰਵਾਜ਼ਾ ਹੁੰਦਾ ਉਹ ਲਗਾ ਲੂੰਗੀ ਕਿਉਂਕਿ ਮੱਛਰ ਬਹੁਤ ਆ ਤੇ ਮੱਛਰਾਂ ਦਾ ਸੀਜ਼ਨ ਸੀਜ਼ਨ ਹੀ ਲਾ ਲੋ ਤੇ ਤਾਂ ਕਰਕੇ ਜਿਹੜੇ ਆ ਉਹ ਦਰਵਾਜ਼ਾ ਵਗੈਰਾ ਲਗਾ ਕੇ ਰੱਖਣਾ ਪੈਂਦਾ ਕਿਉਂਕਿ ਫੇ ਜੇ ਮੱਛਰ ਅੰਦਰ ਆ ਜੂਗੇ ਤਾਂ ਤਾਂ ਮੱਖਰਾਬ ਹੋ ਜਾਊਗਾ ਤੇ ਚਲੋ ਹੁਣ ਲੱਗੀ ਐ ਕੰਮਕਾਰ ਤੇ ਦੇਖੋ ਜੀ ਕਿਚਨ ਜਿਹੜੀ ਮੈਂ ਬਿਲਕੁਲ ਕਲੀਨ ਕਰ ਦਿੱਤੀ ਆ ਅਭੀ ਸਾਫ ਕਰਤੀ ਆ ਸੈਲਫ ਵੀ ਬਰਤਨ ਸਾਰੇ ਸਾਫ ਆ ਵਿੱਚ ਕੋਈ ਬਰਤਨ ਹੈ ਨਹੀਂ ਬਿਲਕੁਲ ਸਾਰੇ ਮਾਜ ਦਿੱਤੇ ਤੇ ਸਿੰਕ ਵੀ ਜਿਹੜਾ ਵਾਸ਼ ਕਰ ਦਿੱਤਾ ਆ ਤੇ ਸਬਜੀ ਅੱਜ ਕੁਛ ਨਹੀਂ ਬਣਾਉਣੀ ਹੈਗੀ ਸਵੇਰ ਨੂੰ ਬਣਾਵਾਂਗੇ ਸਬਜੀ ਬਾਅਦ ਹੁਣ ਬਸ ਰਾਤ ਨੂੰ ਫੁਲਕੇ ਸੇਕਣੇ ਆ ਤੇ ਕੋਈ ਕੰਮ ਨਹੀਂ ਹੈਗਾ ਇੱਧਰ ਸਾਰਾ ਸਾਫੀਆ ਬਸ ਬੈੱਡ ਸ਼ੀਟ ਵਗੈਰਾ ਜਿਹੜੀ ਥੋੜੀ ਜੀ ਸੈੱਟ ਕਰਨ ਦੀ ਲੋੜ ਆ ਕਿਉਂਕਿ ਢਾਈ ਸਨ ਜਦੋਂ ਬੈਂਦਾ ਆ ਤੇ ਬੈੱਡ ਸ਼ੀਟਾਂ ਨੂੰ ਇਕੱਠਾ ਵਗੈਰਾ ਜਿਹੜਾ ਆ ਉਹ ਕਰ ਦਿੰਦਾ ਹੈ ਤੇ ਮੜਾ ਮੜਾ ਹੱਥ ਮਾਨ ਨੇ ਦੇਖੋ ਬੈੱਡ ਸ਼ੀਟ ਸੈੱਟ ਹੋ ਜਾਂਦੀ ਆ ਤੇ ਇੱਧਰ ਮੈਂ ਸੋਫਾ ਵੀ ਜਿਹੜਾ ਇਦਾਂ ਸੈੱਟ ਕਰਦੀ ਆ ਤੇ ਦੇਖੋ ਜੀ ਸ਼ਾਮ ਦਾ ਟਾਈਮ ਜਾਨੂੰ ਜੇ ਦਿਖਾਵਾਂ ਤਾਂ ਦੇਖੋ ਪੌਣੇ 7 ਤੋਂ ਉੱਪਰ ਹੋ ਗਿਆ ਮਤਲਬ 7:50 6:50 ਹੋ ਗਏ 7 ਵਜਣ ਵਾਲੇ ਆ 10 ਮਿੰਟ ਪਏ ਆ ਤੇ ਕਰ ਮੈਂ ਸਾਫ ਕਰਤਾ ਹੈ ਮਤਲਬ ਸਾਫ ਹੀ ਸੀ ਕਰ ਬਸ ਸੈਟਿੰਗ ਦੁਬਾਰਾ ਕਰ ਦਿੱਤੀ ਹੈ ਕੁਸ਼ਨ ਮੈਂ ਉੱਪਰ ਰੱਖਿਆ ਕਿਉਂਕਿ نیچے ਅਸੀਂ ਬੈਠਣਾ ਹੁੰਦਾ ਫਿਰ ਕੁਸ਼ਨ ਬਾਰ ਬਾਰ ਖਰਾਬ ਹੁੰਦੇ ਰਹਿੰਦੇ ਨੇ ਤੇ ਟਾਈ ਸੰ ਜਦੋਂ ਬੈਠਣ ਉਹਨੂੰ ਜਗ੍ਹਾ ਨਹੀਂ ਮਿਲਦੀ ਚੱਕ ਕੇ نیچے ਸੈੱਟ ਦਿੰਦਾ ਐ ਸੋ ਇਸ ਕਰਕੇ ਮੈਂ ਜਿਹੜਾ ਪਿੱਛੇ ਰੱਖਦੀ ਆ ਤੇ ਜਦੋਂ ਕਿਸੇ ਨੇ ਆਣਾ ਹੋਵੇ ਫਿਰ ਜਿਹੜੇ ਕੁਸ਼ਨ ਆ ਉਹ ਉਹਨਾਂ ਦੀ ਜਗ੍ਹਾ ਤੇ ਰੱਖ ਦਿੰਨੀ ਆ ਇਧਰ ਵੀ ਦੇਖੋ ਬੈੱਡ ਬਿਲਕੁਲ ਸਾਫ ਕਰ ਦਿੱਤਾ ਐ ਮੈਂ ਤੇ ਨਾਲ ਜਿਹੜਾ ਟੇਬਲ ਤੋਂ ਵੀ ਸਮਾਨ ਜਿਹੜਾ ਆ ਉਹ ਚੱਕ ਦਿੱਤਾ ਐ ਤੇ ਇੱਧਰ ਮੈਂ ਇੱਥੇ ਰੱਖਿਆ ਆਪਣਾ ਵਾਲਟ ਕਿਉਂਕਿ ਮੈਂ ਜਾਣਾ ਹੈ ਮਾਰਕੀਟ ਕਿਚਨ ਮੈਂ ਤੁਹਾਨੂੰ ਦਿਖਾਈ ਦਿੱਤੀ ਆ ਕਿਚਨ ਬਿਲਕੁਲ ਸਾਫ਼ ਜਿਹੜੀ ਆ ਉਹ ਹੋ ਤੇ ਹੁਣ ਮੈਂ ਥੋੜਾ ਟਾਈਮ ਬੈਠੂਗੀ ਜਦ ਤੱਕ ਮੇਰੇ ਹਸਬੰਡ ਨਹੀਂ ਹੁੰਦੇ ਹੈਗੇ ਅ ਤਦ ਤੱਕ ਫੇਰ ਜਿਹੜਾ ਆ ਉਹ ਆਊਗੇ ਤੇ ਉਹ ਜਿੰਨਾ ਟਾਈਮ ਟਾਈਸਨ ਨੂੰ ਜਦੋਂ ਆ ਘਮਾਉਗੇ ਤੇ ਉਹਨਾਂ ਟਾਈਮ 'ਚ ਮੈਂ ਮੂੰਹ ਵਗੈਰਾ ਧੋ ਕੇ ਜਿਹੜਾ ਥੋੜਾ ਜਿਹਾ ਸਹੀ ਜਿਆ ਬਣ ਜੂਗੀ ਬਾਜ਼ਾਰ ਜਾਣ ਜੋਗਾ ਬਸ ਇੱਕ ਲਿਪ ਬਾਮ ਲਗਾਉਣੀ ਆ ਬਸ ਜਾਂ ਫਿਰ ਥੋੜਾ ਜਿਹਾ ਜਿਹੜਾ ਟੋਨਰ ਲਗਾ ਲੂਗੀ ਕਿਉਂਕਿ ਬਾਅਦ ਡਸਟ ਹੁੰਦੀ ਆ ਤੇ ਬਹੁਤ ਜ਼ਿਆਦਾ ਫਿਰ ਮੂੰਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਉਪਰੋਂ ਜੇ ਇਦਾਂ ਦਾ ਮੈਂ ਸੋਚਿਆ ਆ ਕਿ ਆਪਣੀ ਸਹੇਲੀ ਦੇ ਵਿਆਹ ਜੈਂ ਕਰਨਾ ਹਾਂ ਉਹ ਕਨ ਉਸ ਦਿਨ ਦੇ ਮੂੰਹ ਤੇ ਪਿੰਪਲ ਹੀ ਨਿਕਲੀ ਜਾਂਦੇ ਪਏ ਆ ਸੋ ਜੀ ਦੇਖੋ ਹੁਣ ਮੈਂ ਕਰਦੀ ਆ ਇਸ ਵਲੌਗ ਦਾ ਇੱਥੇ ਹੀ ਐਂਡ ਕਿਉਂਕਿ ਈਵਨਿੰਗ ਦਾ ਮੇਰਾ ਇੰਨਾ ਕੁ ਰੁਟੀਨ ਹੁੰਦਾ ਬਸ ਮਾੜਾ ਮੋਟਾ ਘਰ ਨੂੰ ਆ ਕੇ ਸੈੱਟ ਕਰਨਾ ਹੁੰਦਾ ਆ ਤੇ ਇਹ ਬਾਕੀ ਕੰਮ ਕੀਤੇ ਹੀ ਹੁੰਦੇ ਆ ਪਰ ਭਾਂਡੇ ਵਗੈਰਾ ਜਿਹੜੇ ਦੁਪਹਿਰ ਦੇ ਹੁੰਦੇ ਉਹ ਥੋੜੇ ਜਿਹਾ ਵਾਸ਼ ਕਰਨੇ ਹੁੰਦੇ ਆ ਕਿਚਨ ਕਲੀਨ ਹੀ ਆ ਸਬਜੀ ਵਗੈਰਾ ਸਵੇਰ ਨੂੰ ਬਣਾ ਲਈਦੀ ਆ ਆਟਾ ਸਵੇਰ ਨੂੰ ਗੁੰਨ ਲਈਦਾ ਤੇ ਜੇ ਤੁਸੀਂ ਮੇਰਾ ਮਾਰਨਿੰਗ ਦਾ ਰੁਟੀਨ ਦੇਖਣਾ ਚਾਹੁੰਦੇ ਹੋ ਕਿ ਸਵੇਰੇ ਅਸੀਂ ਕਿਸ ਤਰ੍ਹਾਂ ਆਪਣੇ ਕੰਮ ਨੂੰ ਜਿਹੜਾ ਮੈਨੇਜ ਕਰਦੇ ਆ ਤੁਸੀਂ ਉਹ ਮੈਨ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਮੈਂ ਤੁਹਾਨੂੰ ਉਹ ਵੀ ਦੱਸੂਗੀ ਨੇ ਕਮੇ ਤੁਹਾਨੂੰ ਐਸੇ ਬੋਲ ਕੇ ਦੱਸ ਦਿੰਨੀ ਆ ਕਿ ਜਿਹੜਾ ਝਾੜੂ ਪੋਚ 24 ਵੇ ਨੂੰ ਲੱਗ ਜਾਂਦਾ ਬਿਸਤਰੇ ਵਗੈਰਾ ਝਾੜ ਕੇ ਬਿਸ਼ਾਹ ਹੁੰਦੇ ਆ ਉਹ ਪਹਿਲਾਂ ਹੀ ਝਾੜੂ ਪੋਚ ਤੋਂ ਪਹਿਲਾਂ ਹੀ ਹੋ ਜਾਂਦੇ ਆ ਸਬਜੀ ਆਟਾ ਸਭ ਕੁਝ ਜਿਹੜਾ ਮਾਰਨਿੰਗ 'ਚ ਹੀ ਹੋ ਜਾਂਦਾ ਆ ਸਾਡਾ ਤੇ ਦੁਪਹਿਰ ਨੂੰ ਅਸੀਂ ਫਰੂਟੀ ਖਾਣਾ ਹੁੰਦਾ ਆ ਤੇ ਬਰਤਨ ਜਿਹੜੇ ਥੋੜੇ ਬਹੁਤੇ ਸਵੇਰ ਨੂੰ ਨਾਸ਼ਤਾ ਕਰਨ ਤੋਂ ਬਾਅਦ ਬਚਦੇ ਆ ਉਹ ਵਾਲੇ ਬਰਤਨ ਮੈਂ ਦੁਪਹਿਰ ਨੂੰ ਵੀ ਜੇ ਟਾਈਮ ਹੋਵੇ ਤਾਂ ਕਰਦੀ ਆ ਨਹੀਂ ਤੇ ਸ਼ਾਮ ਨੂੰ ਆ ਕੇ ਕਰਦੀ ਆ ਤੇ ਇਸ ਤੋਂ ਇਲਾਵਾ ਸਾਡਾ ਕੁਝ ਵੀ ਹੋਰ ਕੰਮ ਨਹੀਂ ਹੁੰਦਾ ਜੇ ਦੁੱਧ ਦਾ ਉਬਾਲ ਲੰਦਾ ਹੁੰਦਾ ਉਹ ਸੀ ਇੱਕ ਦਿਨ ਛੱਡ ਕੇ ਦੁੱਧ ਲੈ ਕੇ ਆਈਦਾ ਤੇ ਉਹ ਦੁਪਹਿਰ ਨੂੰ ਮੈਂ ਉਬਾਲ ਲੈਣੀ ਹੁੰਨੀ ਆ ਤੇ ਸ਼ਾਮ ਨੂੰ ਫੇਰ ਆ ਕੇ ਉਹਨੂੰ ਫ੍ਰੀਜੀ ਜੀ ਰੱਖਣਾ ਹੁੰਦਾ ਆ ਤੇ ਦਿਨ ਜਮਾਣਾ ਉਹ ਵੀ ਅਸੀਂ ਸਵੇਰ ਨੂੰ ਹੀ ਕਰ ਲਈਦਾ ਤੇ ਸ਼ਾਮ ਨੂੰ ਮਤਲਬ ਇੰਨਾ ਕੰਮ ਹੁੰਦਾ ਕਿ ਛੱਤ ਤੇ ਆ ਕੇ ਬਸ ਜਿਹੜਾ ਐਕਸਟਰਾ ਸਮਾਨ ਆ ਉਹਨੂੰ ਉਹਦੀ ਜਗ੍ਹਾ ਤੇ ਰੱਖ ਦੇਣਾ ਥੋੜਾ ਜਿਹਾ ਸਾਫ਼ ਸੁਥਰਾ ਜਿਹਾ ਲੱਗਣ ਲਾਪੇ ਘਰ ਫ੍ਰੈਸ਼ ਫ੍ਰੈਸ਼ ਜਿਹਾ ਲੱਗਣ ਲਾਪੇ ਤੇ ਭਾਂਡੇ ਵਗੈਰਾ ਮਾਜ ਕੇ ਤੇ ਬੈਠ ਜਾਣਾ ਆ ਤੇ ਬਾਅਦ ਚ ਫਿਰ ਰਾਤ ਨੂੰ ਕੀ ਆ ਰੋਟੀ ਪਾਣੀ ਬਣਾਵਾਂਗੇ ਆਪਣੇ ਟਾਈਮ ਤੇ ਤੇ ਉਸ ਤੋਂ ਬਾਅਦ ਫਿਰ ਨਾ ਧੋ ਕੇ ਜਿਹੜਾ ਸੌਂਜਾਂਗੇ ਕਿਉਂਕਿ ਗਰਮੀ ਬਹੁਤ ਅਧਿਆੜੀ ਜਿੰਨੀ ਵਾਰ ਮਰਜੀ ਨਾ ਲਓ ਲੱਗਦਾ ਹੀ ਨਹੀਂ ਕਿ ਅਸੀਂ ਨਾਤੇ ਆ ਤੇ ਇਹ ਤਾਂ ਮੈਂ ਜੀ ਮੂੰਹ ਜਵਾਨੀ ਦਸੀਆ ਆਪਣਾ ਰੁਟੀਨ ਬਹੁਤ ਜ਼ਿਆਦਾ ਬੀਜ਼ੀ ਸ਼ਡਿਊਲ ਰਹਿੰਦਾ ਹੈ ਤੁਸੀਂ ਲਾ ਲਓ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀ ਇਹ ਚੱਕਰੀ ਚੱਲਦੀ ਰਹਿੰਦੀ ਹੈ ਇੱਕ ਮਿੰਟ ਵੀ ਵੰਦੇ ਨਹੀਂ ਹੈਗੇ ਤੇ ਥੋੜਾ ਜਿਹਾ ਵਧੀਆ ਵੀ ਲੱਗਦਾ ਬੀਜੀ ਰੂਟੀਨ ਦੇ ਵਿੱਚ ਜਿਹੜਾ ਆ ਫਿਰ ਅਲੇਦੋਲੇ ਦੀਆਂ ਗੱਲਾਂ ਦੇ ਵਿੱਚ ਧਿਆਨ ਵੀ ਨਹੀਂ ਜਾਂਦਾ ਤੇ ਬੰਦੇ ਨੂੰ ਪਰਵਾਹ ਵੀ ਨਹੀਂ ਹੁੰਦੀ ਕਿ ਦੁਨੀਆ 'ਚ ਕੀ ਹੁੰਦਾ ਕੀ ਨਹੀਂ ਆਪਣੇ ਆਪ ਤੋਂ ਮਤਲਬ ਹੁੰਦਾ ਤੇ ਅੱਜ ਕੱਲ ਦੀ ਲਾਈਫ ਇਦਾਂ ਦੀ ਹੀ ਹੋਣੀ ਚਾਹੀਦੀ ਆ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਤੁਹਾਡੀ ਕੀ ਰਾਏ ਆ ਮੇਰੀ ਤਾਂ ਇਹੀ ਰਾਏ ਆ ਕਿ ਆਪ ਬੰਦੇ ਨੂੰ ਆਪਣੇ ਆਪ ਤੋਂ ਮਤਲਬ ਹੋਣਾ ਚਾਹੀਦਾ ਕਿਉਂਕਿ ਉਹ ਹੈਗਾ ਨਾ ਆਪਣਾ ਕੰਮ ਬੰਨਤਾ ਭੜ ਮੇ ਜਾਈ ਜਨਤਾ ਤਾਂ ਕਿਸੇ ਤੋਂ ਮਤਲਬ ਨਹੀਂ ਰੱਖਣਾ ਚਾਹੀਦਾ ਕੀ ਹੁੰਦਾ ਕੀ ਨਹੀਂ ਕੋਈ ਮਤਲਬ ਨਹੀਂ ਬਸ ਆਪਣਾ ਕੰਮ ਕਰੋ ਅੱਜ ਕੱਲ ਜਿੱਤੇ ਤੱਕ ਮੈਂ ਆਪਣੀ ਜ਼ਿੰਦਗੀ ਚ ਅਜ਼ਮਾਇਆ ਆ ਪੈਸੇ ਨਾਲ ਬੰਦੇ ਦੀ ਕਦਰ ਹੁੰਦੀ ਆ ਸੋ ਪੈਸਾ ਕਮਾਓ ਕਦਰ ਪਾਓ ਬਾਕੀ ਕੋਈ ਕਿਸੇ ਦੀ ਬੋਲਬਾਣੀ ਤੋਂ ਤੁਸੀਂ ਜਿੰਨਾ ਜਿੰਨਾ ਮਰਜ਼ੀ ਚੰਗਾ ਕਰ ਲੋ ਕੋਈ ਤੁਹਾਡੀ ਕਦਰ ਨਹੀਂ ਪਾਊਗਾ ਇਹ ਮੈਂ ਜਿਹੜੀ ਆ ਚੀਜ਼ ਅਜ਼ਮਾਈ ਆ ਜੇ ਤੁਸੀਂ ਵੀ ਅਜ਼ਮਾਈਆ ਤਾਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੇ ਚਲੋ ਅੱਜ ਦੇ ਵਲੌਗ ਦਾ ਕਰਦੇ ਆ ਇੱਥੇ ਐਂਡ ਮਿਲਦੇ ਆ ਤੁਹਾਨੂੰ ਨੈਕਸਟ ਕਿਸੇ ਵੀਡੀਓ ਦੇ ਨਾਲ ਜੇ ਤੁਹਾਨੂੰ ਮੇਰਾ ਪੰਜਾਬੀ ਵਲੌਗ ਵਧੀਆ ਲੱਗਦਾ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਓਕੇ ਜੀ ਬਾਏ ਬਾਏ ਟੇਕ ਕੇਅਰ ਆਪਣਾ ਖਿਆਲ ਰੱਖੋ ਖੁਸ਼ ਰਹੋ ਲਾਈਫ ਨੂੰ ਇੰਜੋਏ ਕਰੋ ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹੋ ਬਾਏ ਬਾਏ